ਸਤਿ ਸ਼੍ਰੀ ਅਕਾਲ ਜੀ ਮੈਂ ਸਿੱਧੂ ਲੈ ਕੇ ਹਾਜ਼ਰ ਹਾਂ ਇੰਡੀਆ 30 ਨਿਊਜ਼ ਐਂਡ ਥਿਸ ਵੀਡੀਓ ਸਪਾਂਸਰਡ ਬਾਈ ਟਾਰਗੇਟ ਲ logistic ਐਂਡ ਤਾਬਾਸੂਏਟਸ ਐਂਡ ਰੈਸਟੋਰੈਂਟਸ ਮੋਕ ਮੰਤਰੀ ਹਮਨਸਰੀਨ ਨੂੰ ਮਿਲੇ ਤੇਜਸਵੀ ਯਾਤਵ ਚਾਰਖਣ ਅਸੈਂਬਲੀ 44 ਸੀਟਾਂ ਦੀ ਵੰਡ ਨੂੰ ਲੈ ਕੇ ਚਾਰਖਣ ਮੁਕਤੀ ਮੋਰਚਾ ਤੇ ਕਾਂਗਰਸ ਨਾਲ ਨਾਰਾਜ਼ਗੀ ਜ਼ਾਤੋਂਦਿਆ ਰਾਸ਼ਟਰੀ ਜਨਤਾ 당 ਨੇ ਕਿਹਾ ਕਿ ਉਹ 12 ਸੀਟਾਂ ਤੋਂ ਘੱਟ ਤੇ ਨਹੀਂ ਮੰਨਣਗੇ ਪਰ ਜੇ ਇਕੱਲੇ ਚੋਣ ਲੜਨੀ ਪੋਵੇ ਵੀ ਤਾਂ ਉਹ ਇੰਡੀਆ ਘਰ ਛੁੱਟਦੀਆਂ ਸੰਭਾਵਨਾਵਾਂ ਨੂੰ ਸਾਟ ਨਹੀਂ ਮੰਨਗੇ ਦਿੱਲੀ ਚ ਤਮਾਕੇ ਤੋਂ ਬਾਅਦ ਸੀਮਾਤਿਸ਼ੀ ਨੇ ਚੁੱਕੇ ਸਵਾਲ ਦਿੱਲੀ ਦੇ ਰੋਹਿਣੀ ਚ ਸਕੂਲ ਦੇ ਬਾਹਰ ਹੋਏ ਬੰਬ ਤਮਾਕੇ ਤੇ ਮੁੱਖ ਮੰਤਰੀ ਆਤਿਸ਼ ਨੇ ਰਾਸ਼ਟਰੀ ਰਾਜਧਾਨੀ ਚ ਕਾਨੂੰਨ ਵਿਵਸਥਾ ਤੇ ਸਵਾਲ ਖੜੇ ਕੀਤੇ ਹੈ ਨਾਲ ਹੀ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਇਆ ਗਿਆ ਉਹਨਾਂ ਕਿਹਾ ਕਿ ਰਾਜਧਾਨੀ ਦੀ ਸੁਰੱਖਿਆ ਵਿਵਸਥਾ ਕੇਂਦਰ ਦੇ ਹੱਥਾਂ ਚ ਹੈ ਪਰ ਪਾਜਪਾ ਦੇ ਰਾਜ ਵਿੱਚ ਹੀ ਵਿਵਸਥਾ ਵਿਗੜ ਗਈ ਹੈ ਮੁੱਖ ਮੰਤਰੀ ਆਤਿਸ਼ ਨੇ ਕਿਹਾ ਕਿ ਰੋਹਿਣੀ ਚ ਇੱਕ ਸਕੂਲ ਦੇ ਬਾਹਰ ਬੰਬ ਤਮਾਕੇ ਦੀ ਘਟਨਾ ਦਿੱਲੀ ਦੀ ਚੈਟ ਜਿਹੜੀ ਸੋ ਖਪਨਾਲੀ ਦਾ ਪਰਦਾ ਫਾਸ਼ ਕਰ ਰਹੀ ਹੈ ਸ਼ੋਮਨੀ ਕਮੇਟੀ اجلاس ਮੌਜੂਦਾ ਬਦਲੀ ਸਿਆਸੀ ਹਾਲਾਤ ਤੇ ਵਾਪਰੇ ਘਟਨਾਕ੍ਰਮ ਦੌਰਾਨ ਸ਼ੋਮਨੀ ਕਮੇਟੀ ਦੇ ਪ੍ਰਧਾਨ ਤੇ ਹੋਰ ਉਰਦੇਦਾਰਾਂ ਦੀ ਚੋਣ ਲਈ 28 ਅਕਤੂਬਰ ਨੂੰ ਹੋਣ ਵਾਲੇ ਆਮ ਜਲਾਸੂਬ ਮੌਜੂਦਾ ਹਾਕਮ ਤੇ ਸ਼ੋਮਨੀ ਅਕਾਲੀ ਦਲ ਨੂੰ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸ਼ੋਮਨੀ ਕਮੇਟੀ ਦੇ ਮੌਜੂਦਾ ਹਾਊਸ ਤੇ ਹਾਕਮ ਤੇ ਸ਼ੋਮਨੀ ਅਕਾਲੀ ਦਲ ਕੋਲ ਪਾਵੇਂ ਬੌਮਤ ਹੈ ਉਦੋਂ ਸ਼ੋਮਨੀ ਅਕਾਲੀ ਦਲ ਉਹ ਸੁਧਾਰ ਲਹਿਰ ਵੱਲੋਂ ਪੀਬੀ ਜਗੀਰ ਕਾਰਨ ਸ਼ੋਮਨੀ ਕਮੇਟੀ ਦੇ ਪ੍ਰਧਾਨ ਲਈ ਉਮੀਦਵਾਰ ਆਰੇ ਲਾਣਿਆ ਗਿਆ ਅਕਾਲੀ ਸੁਧਾਰ ਲਹਿਰ ਦੇ ਆਗੂ ਨੇ ਦਾਵਾ ਕੀਤਾ ਹੈ ਕਿ ਬੀਬੀ ਜਗੀਰ ਕੋਰ ਨੂੰ ਉਮੀਦਵਾਰ ਬਣਾਉਣ ਦਾ ਫੈਸਲਾ ਸਲਾਹ مشورہ ਕਰਨ ਤੋਂ ਮੰਗਰੂ ਕੀਤਾ ਹੈ ਵੈਟਰਨਰੀ ਡਾਕਟਰਾਂ ਨੂੰ ਚਿੜਾ ਪੰਦਰੀ ਤਰਨੇ ਦੇ ਦਾ ਪ੍ਰੋਗਰਾਮ ਮੁੱਲਤਵੀ ਪਸ਼ੂ ਪਾਲਨ ਮੱਛੀ ਪਾਲਨ ਤੇ ਜੀਵ ਵਿਕਾਸ ਦੇ ਪ੍ਰਮੁਖ ਸਕੱਤਰ ਰਾਹੁਲ ਪੰਡਾਰੀ ਨੇ ਨਿੱਜੀ ਦਖਲ ਤੇ ਮੈਡੀਕਲ ਅਫਸਰ ਨਾਲ ਵੈਟਰਨਰੀ ਅਫਸਰਾਂ ਦੀ ਤਨਖਾਹ ਪ੍ਰਾਪਤੀ ਦੀ ਮੰਗ ਬਹਾਲ ਕਰਨ ਦੇ ਮਸਲੇ ਨੂੰ ਜਲਦੀ ਹੱਲ ਕਰਨ ਦਾ ਪ੍ਰੋਸਾ ਦੇ ਨਾਲ ਜੁਆਇੰਟ ਐਕਸ਼ਨ ਕਮੇਟੀ ਫਾਰ ਪੇ ਪੈਰਿਟੀ ਨੇ ਪਲਕੇ ਅੱਜ ਮੁਹਾਲੀ ਸੇਤ ਮੁੱਖ ਦਫ਼ਤਰ ਦੇ ਬਾਹਰ ਤੇ ਜ਼ਿਲ੍ਹਾ ਪੱਧਰ ਤੇ ਦਿੱਤੇ ਜਾਣ ਵਾਲੇ ਧਰਨੇ ਦਾ ਪ੍ਰੋਗਰਾਮ ਫਿਲਹਾਲ ਮੁਲਤਵੀ ਕਰ ਦਿੱਤਾ ਹੈ ਫੈਸਲਾ ਜੋਥੇ ਬਣੀ ਦੀ ਸੁਬਕ ਮੀਟਿੰਗ ਚ ਲਿਆ ਗਿਆ ਹੈ ਹੈਲਥ ਵਰਕਰਾਂ ਨੇ ਸਿਹਤ ਮੰਤਰੀ ਦੇ ਨਾਂ ਨਿੱਜੀ ਸਖਤਾਂ ਨੂੰ ਮੰਗ ਪੱਤਰ ਸੌਂਪੇ ਸਿਹਤ ਵਿਭਾਗ ਵਿੱਚੋਂ ਮਲਟੀਪਰਪਸ ਹੈਲਥ ਵਰਕਰਾਂ ਦੀਆਂ ਖਾਲੀ ਸਾਮੀਆਂ ਉੱਤੇ ਭਰਤੀ ਦੀ ਮੰਗ ਨੂੰ ਲੈ ਕੇ ਬੇਰੁਜ਼ਗਾਰ ਹੈਲਥ ਵਰਕਰਾਂ ਨੇ ਜਥੇਬੰਦੀ ਦੇ ਸੁਭਾਈ ਪ੍ਰਦਾਨ ਸੁਖਵਿੰਦਰ ਸਿੰਘ ਢਿਲਮਾਉਂ ਦੀ ਅਗਵਾਈ ਹੇਠ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋਂ ਰੋਸ ਮਾਰਚ ਕੀ ਤਹਿਤ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਖਿਲਾਫ ਨਾਅਰੇਬਾਜ਼ੀ ਕੀਤੀ ਹੈ ਜਿਉਂਨੇ ਨੇ ਸੁਭਾਈ ਪ੍ਰਦਾਨ ਸੁਖਵਿੰਦਰ ਸਿੰਘ ਢਿਲਮਾਣੀ ਦੱਸਿਆ ਹੈ ਕਿ ਕਰੀਬ 2.5 ਸਾਲ ਵਿੱਚੋਂ ਆਮਦ ਪਾਰਟੀ ਦੀ ਸਰਕਾਰ ਨੇ ਸੇਤਵਰ ਕਰਦੀ ਇੱਕ ਵੀ ਸਾਮੀ ਉਤੇ ਭਰਤੀ ਨਹੀਂ ਕੀਤੀ ਪੰਜਾਬ ਭਰ ਵਿੱਚੋਂ 51 ਥਾਮਾਤੇ ਗੂੰਜੇ ਕਿਸਾਨਾਂ ਦੇ ਨਾਅਰੇ ਪੰਜਾਬ ਵਿੱਚ ਝੋਨੇ ਦੀ ਨਿਰਵਗਣ ਖਰੀਦ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਮੰਗ ਲਈ ਭਾਰਤੀ ਕਿਸਾਨ ਯੂਨੀਅਨ ਵੱਲੋਂ ਸਵੇਰੇ ਵਿੱਚੋਂ 51 ਥਾਮਾਤੇ ਆਪ ਦੇ ਮੰਤਰੀਆਂ ਵਿਧਾਇਕਾਂ ਤੇ ਪਾਜਪਾਗੋ ਤੇ ਟੂਲਪਲਾਸ ਦੇ ਲਾਈ ਪੱਕੇ ਮੋਰਚੇ ਅੱਜ ਵੀ ਚੱਲ ਰਹੇ ਐ ਜਥੇਬੰਦੀ ਦੇ ਪ੍ਰਧਾਨ ਜਗਿੰਦਰ ਸਿੰਘ ਉਗਰਾਹ ਨੇ ਕਿਹਾ ਕਿ ਲੰਗੀ ਦਿਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 9 ਦਿਨਾਂ ਵਿੱਚ ਖਰੀਦ ਪੂਰੀ ਤਰ੍ਹਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਪਰੰਤੂ ਸਰਕਾਰ ਪਹਿਲਾਂ ਵੀ ਕਿ ਵਾਰ ਵਾਕੋਕ ਵਰਗਨਿਆ ਮੰਗਾ ਮੰਨ ਕੇ ਉਹਨਾਂ ਨੂੰ ਅਮਲੀ ਰੂਪ ਦੇਣ ਤੋਂ ਪਿੱਛੇ ਹਟ ਗਈ ਹੈ ਕਿਸਾਨ ਆਗੂ ਨੇ ਵਾਕੋਕ ਖਾਮੋਤੀ ਲਾਇ ਮੋਰਚਾ ਆਪਣੀਆਂ ਮੰਗਾਂ ਦੀ ਆਵਾਜ਼ ਉੱਪਰ ਲੰਕਿਤੀ ਹੈ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਆਈ ਕਮੀ ਜੇਰਾਬਸੀ ਖੇਤਰ ਵਿੱਚ ਪਿਛਲੇ ਸਾਲ ਦੇ ਮੁਕਾਬਲੇ 에ਅਰ ਕੁਆਲਿਟੀ ਇੰਡੈਕਸ 'ਚ ਸੁਧਾਰ ਦੇਖਿਆ ਗਿਆ ਹੈ। ਇਹਦਾ ਕਾਰਨ ਪਰਾਲੀ ਸਾੜਨ ਦੇ ਮਾਮਲੇ 'ਚ ਭਾਰੀ ਕਮੀ ਹੈ। ਭਾਵੇਂ ਬਹੁਤ ਸਾਰੇ ਕਿਸਾਨ ਖੇਤਾਂ 'ਚ ਪਰਾਲੀ ਸਾੜਨ ਤੋਂ ਗੁਰੇਜ਼ ਨਹੀਂ ਕਰੇ ਪਰ ਜੇਲੇ ਪਾਰਵੀ 'ਚ ਪਰਾਲੀ ਸਾੜਨ ਦੇ ਮਾਮਲੇ ਵਿੱਚ ਭਾਰੀ ਕਮੀ ਆਈ ਹੈ। ਹੁਣ ਤੱਕ ਦੀਆਂ ਰਿਪੋਰਟਾਂ ਦੇ ਅਨੁਸਾਰ ਜ਼ਿਲ੍ਹੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 50% ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ ਹੈ। ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਜਿਮਨੀ ਚੋਣਾਂ ਲਈ ਉਮੀਦਵਾਰ ਐਲਾਨੇ ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ 4 ਅਸੈਂਬਲੀ ਸੀਟਾਂ ਦੀ ਜਿਮਨੀ ਚੋਣ ਲਈ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰ ਦਿੱਤਾ ਹੈ ਪਾਰਟੀ ਦੇ ਕੌਮੀ ਜਨਰਲ ਸਕੱਤਰ ਡਾਕਟਰ ਸੰਦੀਪ ਪਾਠਕ ਦੇ ਦਸਖਤਾਂ ਹੇਠ جاری ਬਿਆਨ ਦੇ ਅਨੁਸਾਰ ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਦਾਵਾ ਚੱਬੇਵਾਲ ਤੋਂ ਈਸ਼ਾਨ ਚੱਬੇਵਾਲ ਗਿਦੜਵਾਹਾ ਤੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਤੇ ਬਰਨਾਲਾ ਤੋਂ ਹਰਿੰਦੇਵ ਸਿੰਘ ਤਾਲੀਵਾਲ ਉਮੀਦਵਾਰ ਹੋਣਗੇ ਨਾਗਲੋਈਚ ਜੁੱਤੀਆਂ ਦੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ ਪੱਛਮੀ ਦਿੱਲੀ ਦੇ ਨਾਗਲੋਈ ਖੇਤਰ ਵਿੱਚੋਂ ਇੱਕ ਜੁੱਤੀਆਂ ਬਣਾਉਣ ਵਾਲੀ ਫੈਕਟਰੀ ਨੂੰ ਅੱਗ ਲੱਗੀ ਹੈ ਇਸ ਦੌਰਾਨ ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਵਿੱਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ ਇਸ ਮੌਕੇ ਫਾਇਰ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਅੱਗ ਲੱਗਣ ਦੀ ਸੂਚਨਾ ਦੁਪਹਿਰ ਕਰੀਬ 3 ਵਜੇ ਮਿਲੀ ਹੈ ਭਾਜਪਾ ਵੱਲੋਂ ਆティਸ਼ੇਦੀ ਰਿਹਾਇਸ਼ ਅੱਗੇ ਮੁਜ਼ਾਰਾ ਭਾਜਪਾ ਦੀ ਦਿੱਲੀ ਕਾਈ ਨੇ ਸਵਲ ਲਾਈਨ ਸੇ ਤੋਂ ਮੁੱਖ ਮੰਤਰੀ ਆティਸ਼ੇਦੀ ਰਿਹਾਇਸ਼ ਅੱਗੇ ਰੋਸ ਮੁਜ਼ਾਰਾ ਕਰਕੇ ਵਿਧਾਨ ਸਭਾ ਵਿੱਚ ਕੈਗ ਦੀ ਰਿਪੋਰਟ ਪੇਸ਼ ਕਰਨ ਦੀ ਮੰਗ ਕੀਤੀ ਹੈ ਇਸ ਦੌਰਾਨ ਭਾਜਪਾ ਆਗੂ ਨੇ ਮੁੱਖ ਮੰਤਰੀ ਆティਸ਼ੇਦੀ ਅਰਵਿੰਦ ਕੇ ਜੀਵਾਲ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਹੈ ਮੁਜ਼ਾਰੇ ਦੀ ਗੁਆਇਡ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਵਿੱਚ ਇੰਦਰ ਗੁੱਤਾ ਵੱਲੋਂ ਕੀਤੀ ਗਈ ਹੈ ਬੀਕੇ ਉਗਰਾਹ ਨੇ ਗੋਦਾਮ ਖਾਲੀ ਨਾ ਕਰਨ ਲਈ ਕੇਂਦਰ ਨੂੰ ਜ਼ਿੰਮੇਵਾਰ ਠਹਿਰਾਇਆ ਜੋ ਨਕਰਿਦਨ ਤੇ ਵਿਕੀ ਫਸਲ ਚੁੱਕਨ ਨੂੰ ਲੈ ਕੇ ਪੰਜਾਬ ਪਰਚੋਂ ਪੈਦਾ ਹੋਈਆਂ ਮੰਡੀਆਂ ਵਿਚਲੀਆਂ ਸਮੱਸਿਆਵਾਂ ਦਾ ਹੱਲ ਹੀ ਕੀ ਨਿਬਣਾ ਲਈ ਭਾਰਤੀ ਕਿਸਾਨੀ ਨੇ ਨਿਊ ਮੋਤੀ ਬਾਗ ਪਲੇਸ ਅੱਗੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਹੈ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਕੇਂਦਰੀ ਮੰਤਰੀ ਪਨੀਤਕਾਰ ਦੇ ਇਸ ਮਹਿਲ ਨੂੰ ਕਿਸਾਨਾਂ ਨੇ ਇਹਨਾਂ ਦੇ ਪ੍ਰਮੁੱਖ ਭਾਜਪਾ ਨੇਤਾਵਾਂ ਵੱਜੋਂ ਨਿਸ਼ਾਨਾ ਬਣਾਇਆ ਗਿਆ ਕਿਸਾਨਾਂ ਨੇ ਸੜਕ ਤੇ ਹੀ ਤੰਬੂ ਗੱਡ ਕੇ 35 ਏਕੜ ਵਿੱਚ ਨੇ ਇਸ ਮਹਿਲ ਮੁਖ ਗੇਟ ਦੇ ਬਿਲਕੁਲ ਸਾਹਮਣੇ ਧਰਨਾ ਦਾ ਬੰਬ ਦੀ ਧੰਕੀ ਮਿਲ ਮਗਰੋਂ ਜੋਧਪੁਰ ਹਵਾਈ ਅਡੇ ਤੇ ਪਹੁੰਚੇ ਸੁਰੱਖਿਆ ਕਰਮੀ ਭਾਰਤੀ ਲਾਈਨਸ ਦੀਆਂ 25 ਤੋਂ ਵੱਧ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀ ਧੰਕੀ ਮਿਲੀ ਹੈ ਇਨਾਂ ਚ ਇੰਡੀਗੋ ਵਿਸਤਾਰਾ ਤੇ 에어 ਇੰਡੀਆ ਦੀਆਂ 6 6 ਉਡਾਣਾਂ ਸ਼ਾਮਿਲ ਹੈ ਇੰਡੀਗੋ ਨੇ ਦੱਸਿਆ ਹੈ ਕਿ ਉਹਦੀਆਂ ਉਡਾਣਾਂ 6 58 6 87 6 11 6 100 6E133 ਤੇ 6E112 ਨੂੰ ਬੰਪ ਦੀ ਧੰਕੀ ਮਿਲੀ ਹੈ ਡੀਜੀਪੀ ਕਾਰਵਿਆਤਮ ਵੱਲੋਂ ਵਿਸ਼ੇਸ਼ ਨਾਕਿਆਂ ਦਾ ਦਰਾ ਪੰਜਾਬ ਦੇ ਡੀਜੀਪੀ ਕਾਰਵਿਆਤਮ ਨੇ ਲੁਧਿਆਣਾ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਲਗਾਏਗੇ ਵਿਸ਼ੇਸ਼ ਨਾਕਿਆਂ ਦਾ ਦਰਾ ਕੀਤਾ ਹੈ ਤਿਹਾਰਾਂ ਦੀ ਮੱਦੇਨਜ਼ਰ ਲਗਾਏ ਕਿ ਇਹ ਵਿਸ਼ੇਸ਼ ਨਾਕੀ ਫਿੜਪੜਾੜ ਵਾਲੇ ਇਲਾਕਿਆਂ ਵਿੱਚ ਕੋਈ ਅਣਚਾਹੀ ਘਟਨਾ ਵਾਪਰ ਤੋਂ ਰੋਕ ਲਈ ਲਗਾਏਗੀ ਹੈ ਪਰ ਗਧ ਮੰਤਰੀ ਨਰਿੰਦਰ ਮੋਦੀ ਨੇ ਪੂਰਬੀ ਉੱਤਰ ਪ੍ਰਦੇਸ਼ ਨੂੰ ਅਨਕਾਲਿਆ ਕਰਨ ਲਈ ਪਿਛਲੀਆਂ ਸਰਕਾਰਾਂ ਨਿਸ਼ਾਨੇ ਤੇ ਲਿਆਦੇ ਕਿ ਕਾਸ਼ੀ ਦੀ ਪਛਾਣ ਹੁਣ ਤੱਕ ਸਿਰਫ ਧਰਮ ਤੇ ਅਧਿਆਤਮਿਕ ਦੇ ਕੇਂਦਰ ਵੱਜੋਂ ਸੀ ਪਰ ਹੁਣ ਇਹ ਵੱਡੇ ਸਿਹਤ ਸੰਭਾਲ ਕੇਂਦਰ ਵੱਜੋਂ ਵੀ ਉੱਪਰੇਗਾ ਉਹ ਆਪਣੇ ਸੰਸਦੀ ਹਲਕੇ ਵਾਰਾਨਸੀ ਚੱਖਾਂ ਦੇ ਹਸਪਤਾਲ ਦੇ ਉਦਘਾਟਨ ਤੋਂ ਬਾਅਦ ਸਮਾਗਮ ਨੂੰ ਸੰਬੋਧਨ ਕਰੇ ਸੀ ਪਦਾਨ ਮੰਤਰੀ ਨੇ ਵਾਰਾਨਸੀ ਤੋਂ 600 ਕਰੋੜ ਰੁਪਏ ਦੇ ਤੀ ਵਿਕਾਸ ਪ੍ਰੋਜੈਕਟ ਵੀ ਦੇਸ਼ ਨੂੰ ਸਮਰਪਿਤ ਕੀਤੇ ਹੈ ਮਹਾਰਾਸ਼ਟਰ ਦੀ ਮੁੱਖ ਮੰਤਰੀ ਇਕਨਾਤ ਸਿੰਧੀ ਦੀ ਗਵਾਈ ਵਾਲੀ ਸ਼ਿਵ ਸੈਨਾ ਨੇ ਪੱਤਰਕਾਰ ਗੌਰੀ ਲੰਕੇਸ਼ ਦੀ 2017 ਵਿੱਚ ਹੋਈ ਹੱਤਿਆ ਦੇ ਮੁੱਲਜ਼ਮ ਸ਼੍ਰੀ ਕਾਂਤ ਪੰਘਾਰ ਕਰਨ ਨੂੰ ਜਾਨਾ ਜ਼ਿਲ੍ਹੇ ਵਿੱਚ ਕੋਈ ਵੀ ਅਹੁਦਾ ਦੇਣ ਤੋਂ ਰੋਕ ਲਗਾ ਦਿੱਤੀ ਹੈ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੀ ਕਾਂਤ ਸਾਬਕਾ ਮੰਤਰੀ ਅਰਜੁਨ ਖੋਟਕਰ ਦੀ ਮੌਜੂਦਗੀ ਚ ਸਿੰਧੀ ਦੀ ਗਵਾਈ ਵਾਲੀ ਸ਼ਿਵ ਸੈਨਾ ਚ ਸ਼ਾਮਲ ਹੋਇਆ ਸੀ ਜੰਮੂ ਕਸ਼ਮੀਰ 'ਚ ਹਮਲੇ ਦੌਰਾਨ ਤਿੰਨ ਮਜ਼ਦੂਰ ਹਲਾਕ ਜੰਮੂ ਕਸ਼ਮੀਰ ਦੇ ਗੰਦਰਪਾਲ ਜ਼ਿਲ੍ਹੇ ਵਿੱਚ ਹਮਲੇ 'ਚ ਤਿੰਨ ਮਜ਼ਦੂਰਾਂ ਦੀ ਮੌਤ ਹੋ ਚੁੱਕੀ ਹੈ ਤੇ ਚਾਰ ਜਣੇ ਜ਼ਖਮੀ ਹੋ ਗਏ ਆ ਇਸ ਜ਼ਿਲ੍ਹੇ ਵਿੱਚ ਖੇਤਰ ਦੇ ਗੁਸਰੰਗ ਦੀ ਸਾਰੀ ਦਾ ਕੰਮਕਾਰੀ ਇੱਕ ਨਿੱਜੀ ਕੰਪਨੀ ਦੀ ਕੈਂਪ 'ਤੇ ਗੋਲੀਬਾਰੀ ਹੋਈ ਹੈ ਰਿਪੋਰਟਾਂ ਦੇ ਅਨੁਸਾਰ ਇਹ ਜ਼ਿਕਰ ਕਾਲ ਕੀਤਾ ਜਾਏ ਤਾਂ ਹਮਲੇ 'ਚ 6 ਵਿਅਕਤੀ ਮਾਰੇ ਗਏ ਜਿਨ੍ਹਾਂ 'ਚ ਇੱਕ ਡਾਕਟਰ ਵੀ ਸ਼ਾਮਲ ਹੈ ਹਾਲਾਂਕਿ ਦੇਰ ਤੱਕ ਅਧਿਕਾਰੀਆਂ ਦੇ ਸਿੱਪੋਸਟੀ ਨਹੀਂ ਹੋਈ ਬ੍ਰਿਟਿਸ਼ ਕੋਲੰਬੀਆ ਚੋਣਾਂ 'ਚ ਪੰਜਾਬੀ ਮੂਲ ਦੇ 10 ਉਮੀਦਵਾਰ ਰਹੇ ਜੇਤੂ ਬ੍ਰਿਟਿਸ਼ ਕੋਲੰਬੀਆ ਦੀ ਸਬਾਈ ਚੋਣਾਂ ਵਿੱਚ ਪੰਜਾਬੀ ਮੂਲ ਦੇ 10 ਉਮੀਦਵਾਰ ਜੇਤੂ ਰਹੇ ਜਦੋਂ ਕਿ ਇੱਕ ਉਮੀਦਵਾਰ ਵੋਟਾਂ ਦੀ ਗਿਣਤੀ ਦੌਰਾਨ ਅੱਗੇ ਚੱਲ ਰਿਹਾ ਹੁਣ ਜੀ ਇਹਨਾਂ ਚੋਣਾਂ 'ਚ ਨੀ ਡੈਮੋਕ੍ਰੈਟਿਕ ਪਾਰਟੀ ਤੇ ਕੰਜੂਈ ਟੀਵ ਵਿਚਾਲੇ ਫਸਵਾ ਮੁਕਾਬਲਾ ਡੇਵਿਡ ਆਬੀਦੀ ਕੁਆਈ ਵਾਲੀ ਐਨਟੀਪੀ ਨੇ ਚਾਲੀ ਤੇ ਜੋਹਨ ਰਸਟਰ ਡਿਗਵਾਈ ਵਾਲੀ ਕੰਜੂਈ ਟੀਵ ਨੇ 45 ਸੀਟਾਂ ਤੇ ਜਿੱਤ ਦਰਜ ਕੀਤੀ ਹੈ ਜੱਜ ਵੱਲੋਂ ਚੁਣਾਰੇ ਸਿਫਾ ਦੇਣ ਤੇ ਉੱਠਣਗੇ ਸਵਾਲ ਸੁਪਰੀਮ ਕੋਰਟ ਦੇ ਚੀਫ ਜਸਟਿਸ ਵੀ ਆਰ ਗਵਈ ਨੇ ਕਿਹਾ ਹੈ ਕਿ ਚੂ ਲੜਨ ਲਈ ਚਾਚਵਲ ਉਤਰੰਤ ਅਸਤੀਫੇ ਦੇ ਨਾਲ ਉਹਨਾਂ ਦੀ ਨਿਰਪੱਖਤਾ ਨੂੰ ਲੈ ਕੇ ਲੋਕ ਭਾਵਨਾ ਪ੍ਰਭਾਵਿਤ ਹੋ ਸਕਦੀ ਹੈ ਜਸਟਿਸ ਗਵਈ ਨੇ ਗੁਜਰਾਤ ਦੇ ਜੁਡੀਸ਼ੀਅਨ ਅਧਿਕਾਰੀਆਂ ਦੀ ਸਾਲਾਨਾ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਬੈਂਚ 'ਚ ਰਹਿੰਦਿਆਂ ਤੇ ਬੈਂਚ ਤੋਂ ਬਾਹਰ ਜੱਜਾਂ ਦਾ ਵਿਹਾਰ ਜੁਡੀਸ਼ੀਅਲ ਨੈਤਿਕਤਾ ਦੇ ਉਚੇਰੇ ਮਾਪਦੰਡਾ ਮੁਤਾਬਕ ਹੋਣਾ ਚਾਹੀਦਾ ਹੈ ਸ਼ੋਨੀਏ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਭਲਕੇ ਸ਼ੋਨੀਏ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਪਾਈਕ ਤੋਂ ਬਨੂ ਚੰਡੀਗੜ੍ਹ ਸੇ ਪਾਰਟੀ ਦੇ ਮੁੱਖ ਦਫ਼ਤਰ 'ਚ ਦੁਪਹਿਰ ਨੂੰ ਹੋਵੇਗੀ ਮੀਟਿੰਗ ਦੀ ਪ੍ਰਧਾਨਗੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਕਰਨਗੇ ਮੀਟਿੰਗ 'ਚ ਸ਼ੋਨੀਏ ਅਕਾਲੀ ਦਲ ਵੱਲੋਂ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਤੇ ਹੋਣ ਵਾਲੀ ਜਮਨੀ ਚੋਣ ਤੇ ਮੌਜੂਦਾ ਸਿਆਸੀ ਸਥਿਤੀ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ ਜਰੀਬਾਮ ਚ ਦੋ ਫਾਰਮ ਹਾਊਸ ਸਾੜੇ ਮਨੀਪੁਰ ਦੇ ਜਰੀਬਾਮ ਜ਼ਿਲ੍ਹੇ ਵਿੱਚੋਂ ਇੱਕ ਪਿੰਡ ਦੇ ਪ੍ਰਧਾਨ ਦੇ ਦੋ ਖਾਲੀ ਫਾਰਮ ਹਾਊਸ ਸਾੜ ਦਿੱਤੇ ਗਏ ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ ਹੈ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਲੰਗੀ ਰਾਤ ਨੁੰਗਖਲ ਇਲਾਕੇ ਚ ਵਾਪਰੀਆ ਹਿਲਕਾਰਡ ಗ್ರಾಮ ਪੰਚਾਇਤ ਦੇ ਪ੍ਰਧਾਨ ਐਲ ਸਮੋਰ ਰੰਦੂ ਦੇ ਫਾਰਮ ਹਾਊਸ ਨੂੰ ਅੱਗ ਲਗਾ ਦਿੱਤੀ ਗਈ ਸੁਰੱਖਿਆ ਬਲਕੀ ਤੇ ਪਹੁੰਚੇ ਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਪਰਤਾਪ ਸਿੰਘ ਬਾਜਵਾ ਨੇ ਮਿਲਰਜ਼ ਦੇ 6000 ਕਰੋੜ ਦੇ ਨੁਕਸਾਨ ਦੀ ਪਰਪਾਈ ਦੀ ਕੀਤੀ ਮੰਗ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚੌਲ ਮਿਲਰਜ਼ ਨੂੰ ਤੁਰੰਤ ਮੁਆਵਜ਼ਾ ਦੇਣ। ਚੋਣ ਖਰੀਦ ਸੰਕਰ ਦੇ ਸਰਕਾਰ ਦੇ ਮਾੜੀ ਪ੍ਰਬੰਧਾ ਕਾਰਨ 6000 ਕਰੋੜ ਦੇ ਨੁਕਸਾਨ ਦਾ ਖਰਚਾ ਪੰਟਾਰੇ ਹੈ ਬਾਜਵਾ ਨੇ ਚੌਲ ਮਿਲਿੰਗਲੀ ਮਾ ਦੇ ਤੱਥਕथित ਪਲਾਨ ਵੀ ਦੀ ਨਿੰਦਾ ਕਰਦੇ ਹੋ ਇਸ ਨੂੰ ਪਲਾਨ ਬਲਫ ਦੱਸਿਆ। ਨੇਤਾ ਵਿਰੋਧੀ ਧਿਰ ਨੇ ਮੁੱਖ ਮੰਤਰੀ ਤਾਲੂ ਗੁੰਮਰਾਹ ਕਰਨ ਤੇ ਕਿਸਾਨਾਂ ਤੇ ਚੌਰ ਮਿਲਰਜ਼ ਵੀ ਚਾਲੇਦਰਾਰ ਪੈਦਾ ਕਰਦਾ ਯਤਨ ਕਰਦਾ ਦੋਸ਼ ਲਗਾਇਆ ਹੈ ED ਨੇ ਨਵਾਂ ਸਰਕੂਲਰ ਕੀਤਾ ਜਾਰੀ ED ਨੇ ਨਵਾਂ ਸਰਕੂਲਰ ਜਾਰੀ ਕਰਕੇ ਆਪਣੀਆਂ ਅਧਿਕਾਰੀਆਂ ਜਾਂ ਜਾਂਚ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਸਮਨ ਜਾਰੀ ਕਰਕੇ ਸੱਦੇਗੇ ਲੋਕਾਂ ਤੋਂ ਬੇਵਕਤੀ ਪੁੱਛਗਿੱਛ ਨਾ ਕਰਨ ਦਫ਼ਤਰੀ ਸਮੇਂ ਦੌਰਾਨ ਹੀ ਪੁੱਛਗਿੱਛ ਕੀਤੀ ਜਾਵੇ ਪੁੱਛਗਿੱਛ ਲਈ ਦਫ਼ਤਰ ਚ ਕੰਟਿਆਬੰਦੀ ਉਡੀਕ ਨਾ ਕੀਤੀ ਜਾਵੇ ED ਨੇ ਬੰਬੇ ਹਾਈ ਕੋਰਟ ਦੀ ਹਦਾਇਤ ਤੋਂ ਬਾਅਦ 11 ਅਕਤੂਬਰ ਨੂੰ ਨਵਾਂ ਸਰਕੂਲਰ ਜਾਰੀ ਕੀਤਾ ਅੰਮ੍ਰਿਤਸਰ ਦੇ ਜਹਾਜ਼ਗੜ੍ਹ ਚ ਭਿਆਨਕ ਅੱਗ ਰਾਤ ਕਰੀਬ ਸਵਾ 10 ਵਜੇ ਪੁਰਾਣੀ ਵਾਹਨ ਬਾਜ਼ਾਰ ਜਹਾਜ਼ਗੜ੍ਹ ਵਿੱਚੋਂ ਇੱਕ ਦੁਕਾਨ ਦੇ ਬਾਹਰ ਰੱਖੇ ਵਾਹਨਾਂ ਦੇ ਟਾਇਰਾਂ ਵਿੱਚ ਅਚਾਨਕ ਅੱਗ ਲੱਗੀ ਹੈ ਕੁਝ ਸਮੇਂ ਵਿੱਚ ਅੱਗ ਤੇਜ਼ੀ ਨਾਲ ਫੈਲੀ ਆ ਮੌਕੇ ਤੇ ਮੌਜੂਦ ਲੋਕਾਂ ਨੇ ਤੁਰੰਤ ਪੁਲਿਸ ਤੇ ਫਾਇਰ ਬ੍ਰਿਗੇਡ ਨੂੰ ਕਟਨਾਦੀ ਸੂਚਨਾ ਦਿੱਤੀ ਹੈ 10 ਮਿੰਟਾਂ ਚ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਮੌਕੇ ਤੇ ਪਹੁੰਚੇ ਤੇ ਪਾਣੀ ਪਾ ਕੇ ਅੱਗ ਬਚਾਉਂਦੇ ਯਤਨ ਕੀਤੇ ਆ ਜਮਨੀ ਚੋਣਾਂ ਚ ਤ੍ਰਿਮੂਲ ਕਾਂਗਰਸ ਨੇ 6 ਹਲਕਿਆਂ ਤੋਂ ਉਮੀਦਵਾਰ ਐਲਾਨੇ ਤ੍ਰਿਮੂਲ ਕਾਂਗਰਸ ਨੇ ਪੱਛਮੀ ਬੰਗਾਲ ਦੇ 6 ਵਿਧਾਨ ਸਭਾ ਹਲਕਿਆਂ ਚ 13 ਨਵੰਬਰ ਨੂੰ ਹੋਣ ਵਾਲੀਆਂ ਜਮਨੀ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਇਹਨਾਂ 6 ਖੇਤਰਾਂ ਦੇ ਵਿਧਾਇਕਾਂ ਵੱਲੋਂ ਲੋਕ ਸਭਾ ਚੋਣਾਂ ਜਿੱਤਣ ਮਗਰੋਂ ਦਿੱਤੇ ਗਏ ਸਿਫੇ ਕਾਰਨ ਖਾਲੀ ਹੋਈਆਂ ਸੀਟਾਂ ਤੇ ਜਮਨੀ ਚੋਣਾਂ ਕਰਵਾਈਆਂ ਜਾਣਗੀਆਂ ਦਾਖਲ ਕੀਤੀਆਂ 6853 ਵੋਟਰ ਅਰਜ਼ੀਆਂ ਹੋਈਆਂ ਰੱਦ ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲ੍ਹੇ ਵਿੱਚੋਂ ਇੱਕ ਐਸਡੀਓ ਨੇ ਆਨਲਾਈਨ ਵੋਟਰ ਰਜਿਸਟ੍ਰੇਸ਼ਨ ਦੌਰਾਨ 6853 ਅਰਜ਼ੀਆਂ ਗਲਤ ਤਰੀਕੇ ਨਾਲ ਦਾਖਲ ਕੀਤੇ ਜਾਣ ਤੋਂ ਬਾਅਦ ਪੁਲਿਸ ਨੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਇਸ ਗੱਲ ਦੀ ਜਾਣਕਾਰੀ ਇੱਕ ਅਧਿਕਾਰੀ ਨੇ ਦਿੱਤੀ ਹੈ ਅਧਿਕਾਰੀ ਨੇ ਦੱਸਿਆ ਹੈ ਕਿ ਰਾਜਕੁਰਮ ਮੰਡਲ ਦੇ ਐਸਡੀਓ ਨੇ ਸ਼ਿਕਾਇਤ ਦਰਜ ਕਰਵਾਈ ਹੈ ਤੇ ਚੋਣ ਹਲਕੇ ਚ ਅਰਜ਼ੀਆਂ ਰੱਦ ਕਰ ਦਿੱਤੀਆਂ ਕਲੈਕਟਰ ਵੀ ਨੇ ਕਾੜਾ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਨੇ ਵਿਸ਼ੇਸ਼ ਸ਼ੇਸ਼ ஆன்ਲਾਈਨ ਵੋਟਰ ਰਜਿਸਟ੍ਰੇਸ਼ਨ ਮੁਹਿੰਮ ਚਲਾਈ ਸੀ ਤੇ ਉਹਨਾਂ ਨੂੰ 3 ਅਕਤੂਬਰ ਤੋਂ ਵੱਡੀ ਕਮਤੀ ਚੁਰਜੀ ਆਪ੍ਰਾਪਤ ਹੋਈ ਹੈ ਆਰ ਜੀ ਡੀ ਤੇ 3 ਤੇ सीपीआई ने एक सीट उम्मीदवारता ਕੀਤਾ ਐਲਾਨ ਵਿਹਾਰਛੀ ਨੀਗਰ ਜੋੜਨੀ ਅਗਲੇ ਮਹੀਨੇ ਚਾਰ ਵਿਧਾਨ ਸਭਾ ਸੀਟਾਂ ਤੇ ਹੋਣ ਵਾਲੀਆਂ ਉਪ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਇਹਨਾਂ ਚਾਰਾਂ ਚੋਤਿੰ ਸੀਟਾਂ ਹਿਦਾਈ ਕਾਂਦੇ ਲੋਕ ਸਭਾ ਮੈਂਬਰ ਬਣਨ ਤੋਂ ਬਾਅਦ ਖਾਲੀ ਹੋਈਆਂ ਕਾਂਗਰਸ ਦੇ ਸੁਭਾਪ ਪ੍ਰਧਾਨ ਖਿਲੇਸ਼ ਪ੍ਰਸਾ ਸਿੰਘ ਰਾਸ਼ਟਰੀ ਜਨਤਾਧਲ ਦੇ ਸੁਭਾਪ ਪ੍ਰਧਾਨ ਜਗਤਾਨੰਦ ਸਿੰਘ ਅਤੇ ਸੀਪੀਆਈ ਭਾਰਤੀ ਕਮਿਊਨਿਸਟ ਪਾਰਟੀ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਉਮੀਦਵਾਰਾਂ ਦੇ ਨਾਮ ਅعلان ਕੀਤਾ ਸਿਰਸਾ ਚ ਨਸ਼ਿਆਂ ਖਿਲਾਫ ਜਾਗਰੂਕਤਾ ਰੈਲੀ ਪੁਲਿਸ ਵੱਲੋਂ ਲਗਾਤਾਰ ਆਪਣੀ ਪਧਰਤੀ ਨਸ਼ਿਆਂ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਪਰ ਇਸ ਮੁਹਿੰਮ ਦੀ ਪੂਰਨ ਸਫਲਤਾ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਤੇ ਨਸ਼ਾ ਖਿਲਾਫ ਲੋਕ ਲਹਿਰ ਚਲੋ ਨੀ ਲੁਣੈ ਇਹ ਗੱਲ ਐ ਐਸਪੀ ਵਿਕ੍ਰਾਂਤ ਪੂਸ਼ਨ ਨੇ ਸੀਜੀਐਲਯੂ ਦੇ ਅਰਜਟੋਰੀਅਮ ਹਾਲਵੇਚੋਂ پولیس ਵੱਲੋਂ ਨਸ਼ਾ ਮੁਕਤ ਐਲਾਨੇ ਗਏ 119 ਪਿੰਡਾਂ ਦੇ ਸਰਪੰਚਾਂ ਤੇ ਵੱਖ-ਵੱਖ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਕਹੀਆਂ ਨਾਇਬ ਸਿੰਘ ਸੈਣੀ ਵੱਲੋਂ ਨਿਗਮ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅਦਾ ਸੰਭਾਲਦੇ ਅਧਿਕਾਰੀ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਉਹਨਾਂ ਨਗਰ ਨਿਗਮਾਂ ਦੇ ਅਧਿਕਾਰੀਆਂ ਨੂੰ ਰੋਜ਼ਾਨਾ 2 ਘੰਟੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਉਹਨਾਂ ਦੇ ਹਾਲ ਲਈ ਵਿਸ਼ੇਸ਼ ਕੈਂਪ ਲਗਾਉਣ ਦੀ ਅਦੇਸ਼ ਦਿੱਤੀ ਹੈ ਸ਼ਿਰ ਸੈਣੀ ਨੇ ਚੰਡੀਗੜ੍ਹ ਵਿੱਚ ਆਪਣੀ ਰਿਹਾਈਸ਼ ਤੇ ਨਗਰ ਨਿਗਮ ਅਧਿਕਾਰੀ ਨਾਲ ਮੀਟਿੰਗ ਕੀਤੀ ਇਸ ਦੌਰਾਨ ਮੁੱਖ ਮੰਤਰੀ ਨੇ 22 ਅਕਤੂਬਰ ਤੋਂ ਸੂਬੇ ਦੀਆਂ ਸਾਰੀਆਂ ਨਗਰ ਨਿਗਮਾਂ ਅਤੇ ਪੰਚਾਇਤ ਵਿਭਾਗ ਦੇ ਦਫ਼ਤਰਾਂ 'ਚ ਲੋਕਾਂ ਦੀਆਂ ਸਮੱਸਿਆਵਾਂ ਦਾ ਨਵੇੜਾ ਕਰਨ ਲਈ ਨਿਯਮਸ਼ੀਸ਼ ਕੈਂਪ ਲਗਾਉਣ ਦੇ ਨਿਰਦੇਸ਼ ਦਿੱਤੇ ਆ ਕੋਚਿੰਗ ਸੈਂਟਰ ਹਾਦਸੇ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਸੁਣਵਾਈ ਕਮਿਰਾਸਾਨੀ ਸਿੱਧਾ ਇੱਕ ਕੋਚਿੰਗ ਸੈਂਟਰ ਚ ਜੁਲਾਈ ਮਹੀਨੇ ਸਿਵਲ ਸੇਵਾ ਦੀ ਤਿਆਰੀ ਕਰੇ ਤਿੰਨ ਸਿਖਿਆਰਥੀਆਂ ਦੀ ਮਾਂ ਦੇ ਮਾਮਲੇ ਚ ਸੁਪਰੀਮ ਕੋਰਟ 1 ਇੱਕਤੂਬਰ ਨੂੰ ਸੁਣਵਾਈ ਕਰੇਗਾ ਦਿੱਲੀ ਦੇ 올ਡ ਰਜਿੰਦਰ ਨਗਰ ਸਥਿਤ ਰਾਉਜ਼ ਆਈਐਸ ਸਟਡੀ ਸਰਕਲ ਦੀ ਬੀਸਮੈਂਟ ਜਮੀ ਦਾ ਪਾਣੀ ਭਰਨ ਗਾਂ ਸਿਵਲ ਸੇਵਾ ਦੀ ਤਿਆਰੀ ਕਰੇ ਤਿੰਨ ਸਿਖਿਆਰਥੀ ਡੁੱਬ ਗਏ ਸੀ ਤੇਲਕੀਮਤਾਜੂ ਵਾਧੇ ਖਿਲਾਫ ਹੜਤਾਲ ਦਾ ਐਲਾਨ ਮਿਜ਼ੋਰਮ ਚੋ ਵਪਾਰਕ ਵਾਹਨ ਮਾਲਕਾਂ ਨੇ ਤੇਲਕੀਮਤਾਜ ਕੋਟਾਤੀ ਦੀ ਮੰਗ ਨੂੰ ਲੈ ਕੇ 1 ਅਕਤੂਬਰ ਤੋਂ ਆਨਮਿੱਥੇ ਸਮੇਂ ਲਈ ਹੜਤਾਲ ਤੇ ਜਾਣ ਦਾ ਫੈਸਲਾ ਕੀਤਾ ਹੈ ਪਹਿਲੇ ਸਤੰਬਰ ਤੋਂ ਪੈਟਰੋਲ ਦੀ ਕੀਮਤ 93 ਰੁਪਏ 93 ਪੈਸੇ ਤੋਂ ਵਾਧ ਕੇ 99 ਰੁਪਏ 24 ਪੈਸੇ ਜਦਕਿ ਡੀਜ਼ਲ ਦੀ ਕੀਮਤ 82 ਰੁਪਏ 12 ਪੈਸੇ ਤੋਂ ਵਧਾ ਕੇ 88 ਰੁਪਏ 2 ਪੈਸੇ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ ਮਿਜ਼ੋਰਮ ਸਰਕਾਰ ਨੇ 17 ਅਕਤੂਬਰ ਨੂੰ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਐਲਾਨ ਕੀਤਾ ਸੀ ਕਿ ਉਹ ਤੇਲ ਦੀਆਂ ਕੀਮਤਾਂ ਚਵਾਦੇ ਨੂੰ ਵਾਪਸ ਨਹੀਂ ਲਵੇਗੀ ਇਹ ਸੀ ਹੁਣ ਤੱਕ ਦੀਆਂ ਅਪਡੇਟਸ ਮੈਨੂੰ ਆਰ ਸਿੱਧੁੰਦੇ ਜੱਜ ਅੱਜ ਸਤਿ ਸ਼੍ਰੀ ਅਕਾਲ